ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਨੂੰ ਲੈ ਕੇ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਮੁੱਖ ਮੰਤਰੀ ਕੈਪਟਨ ਹੋਣ ਜਾਂ ਫਿਰ ਨਵਜੋਤ ਸਿੰਘ ਸਿੱਧੂ, ਹਰ ਕੋਈ ਆਪਣੇ ਆਪਣੇ ਤੌਰ 'ਤੇ ਮੰਤਰੀਆਂ ਅਤੇ ਕਾਂਗਰਸ ਨੇਤਾਵਾਂ ਨਾਲ ਮੀਟਿੰਗਾਂ ਕਰਨ ਵਿੱਚ ਰੁੱਝਿਆ ਹੋਇਆ ਹੈ। ਕੈਪਟਨ ਸਰਕਾਰ ਦੇ ਖਿਲਾਫ ਲਗਾਤਾਰ ਬੋਲਣ ਵਾਲੇ ਪ੍ਰਤਾਪ ਬਾਜਵਾ ਵੀ ਹੁਣ ਕੈਪਟਨ ਦੇ ਨਾਲ ਫੋਟੋਆਂ ਵੀ ਦਿਖਾਈ ਦੇ ਰਹੇ ਹਨ। ਇਸ ਸਭ 'ਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੀ ਰਿਹਾਇਸ਼ ਕਾਦੀਆਂ ਵਿੱਚ ਸਾਡੀ ਟੀਮ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਪ੍ਰਤਾਪ ਬਾਜਵਾ ਪਹਿਲਾਂ ਵੀ ਆਪਣੇ ਫਾਇਦੇ ਲਈ ਆਪਣੀ ਹੀ ਪਾਰਟੀ ਦੀ ਪੰਜਾਬ ਸਰਕਾਰ ਦੇ ਖਿਲਾਫ ਚਿੱਠੀਆਂ ਅਤੇ ਸੋਸ਼ਲ ਮੀਡੀਆ ਵਿੱਚ ਟਵੀਟ ਕਰਦੇ ਰਹੇ ਹਨ ਅਤੇ ਹੁਣ ਵੀ ਆਪਣੇ ਹੀ ਫਾਇਦੇ ਲਈ ਮੁੱਖ ਮੰਤਰੀ ਨਾਲ ਦਿਖ ਰਹੇ ਹਨ। ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਜਿਵੇਂ ਪ੍ਰਤਾਪ ਬਾਜਵੇ ਦੀਆਂ ਆਪਣੀ ਸਰਕਾਰ ਦੇ ਖਿਲਾਫ ਲਿਖੀਆਂ ਚਿੱਠੀਆਂ ਭੁੱਲ ਗਏ ਹਨ, ਉਵੇਂ ਹੀ ਨਵਜੋਤ ਸਿੰਘ ਸਿੱਧੂ ਦੇ ਕੀਤੇ ਟਵੀਟ ਵੀ ਭੁੱਲ ਜਾਣ। ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮਝਦਾਰ ਹਨ, ਬਾਕੀ ਪ੍ਰਤਾਪ ਬਾਜਵਾ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨੂੰ ਲੈ ਕੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨਾਲ ਕੀਤੀ ਜਾ ਰਹੀ ਮੀਟਿੰਗ ਨੂੰ ਲੈ ਕੇ ਮੰਤਰੀ ਬਾਜਵਾ ਨੇ ਕਿਹਾ ਕਿ ਪੰਜਾਬ ਪ੍ਰਧਾਨ ਬਾਰੇ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ, ਨਾ ਕਿ ਮੈਂਬਰ ਪਾਰਲੀਮੈਂਟ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿਧਾਇਕਾਂ ਨੇ ਜਵਾਬਦੇਹੀ ਕਰਨੀ ਹੁੰਦੀ ਹੈ ਅਤੇ ਉਹ ਸਭ ਸਮਝਦੇ ਹਨ। ਉੱਥੇ ਹੀ ਬਾਜਵਾ ਨੇ ਕਿਹਾ ਕਿ ਹਾਈਕਮਾਂਡ ਜਿੰਨੀ ਜਲਦੀ ਪੰਜਾਬ ਕਾਂਗਰਸ ਪ੍ਰਧਾਨ ਦਾ ਨਾਮ ਜਨਤਕ ਕਰੇਗੀ, ਪੰਜਾਬ ਕਾਂਗਰਸ ਨੂੰ ਉਸਦਾ ਫਾਇਦਾ ਉਹਨਾਂ ਦੀ ਜ਼ਿਆਦਾ ਹੋਵੇਗਾ। ਕਾਦੀਆਂ ਦਾ ਮਕਬੂਲ ਅਹਿਮਦ ਦੇ ਨਾਲ ਸਲਾਮਤਾਰੀ ਦੀ ਖਾਸ ਰਿਪੋਰਟ। ਪ੍ਰਤਾਪ ਜੀ ਵੀ ਕੱਲ੍ਹ ਕੈਪਟਨ ਸਾਹਿਬ ਦੇ ਘਰ ਗਏ ਨੇ। ਕੈਪਟਨ ਸਾਹਿਬ ਬਹੁਤ ਰਾਜੇ ਨੇ, ਬੜੇ ਵੱਡੇ ਦਿਲ ਦੇ ਮਾਲਕ ਨੇ, ਸੋ ਉਹਨਾਂ ਨੂੰ ਪ੍ਰਤਾਪ ਜੀ ਦੀਆਂ ਸਾਰੀਆਂ ਚਿੱਠੀਆਂ ਭੁੱਲ ਕੇ ਉਹਨਾਂ ਨੂੰ ਮਿਲਣ ਵਾਲਾ ਆਖਿਆ ਵੀ ਆਦਿਓ ਜੀ ਨੇ ਮਿਲਣਾ ਸੀ ਮੇਰੇ ਘਰ ਆਏ, ਸੋ ਪ੍ਰਤਾਪ ਜੀ ਦੇ ਘਰ ਗਏ ਨੇ। ਬਾਕੀ ਅੱਗੋਂ ਪਰਮਾਤਮਾ ਜਾਣਦਾ ਤਾਂ ਕੀ ਗੱਲਬਾਤ ਹੋਈ ਆ, ਪਰ ਉਹ 'ਚ ਕੋਈ ਹਰਜ ਨਹੀਂ, ਕਾਂਗਰਸ ਦੇ ਭਲੇ ਲਈ ਜੋ ਵੀ ਕਰਨਾ ਇਕੱਠੇ ਕਰਨਾ ਚਾਹੀਦਾ। ਸਾਢੇ 4 ਸਾਲ ਪ੍ਰਤਾਪ ਬਾਜਵਾ ਇਹੋ ਕਹਿੰਦੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਮਾੜੀ ਹੈ, ਚਿੱਠੀਆਂ ਲਿਖਦੇ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਹਾਈ ਕਮਾਂਡ ਨੂੰ ਵੀ ਉਹਨਾਂ ਦੇ ਖਿਲਾਫ਼, ਇਹ ਹੁਣ ਚਾਹ ਪੀਣਾ ਉਹ ਚਿੱਠੀਆਂ ਦਾ ਦੌਰ ਜਾਂ ਉਹ ਚੰਗੇ ਹੋ ਗਏ? ਦੇਖੋ ਕੈਪਟਨ ਸਾਹਿਬ ਨੂੰ ਕ੍ਰਿਟੀਸਾਈਜ਼ ਕਰਦੇ ਰਹੇ ਵੀ ਕਾਰਗੁਜ਼ਾਰੀ ਬੜੀ ਮਾੜੀ ਆ, ਪਰ ਇਸ ਦੇ ਬਾਵਜੂਦ ਕੈਪਟਨ ਸਾਹਿਬ ਇਹ ਸਾਰੀਆਂ ਗੱਲਾਂ ਭੁੱਲ ਕੇ ਉਹਨਾਂ ਨੂੰ ਮਿਲੇ ਆ। ਇਹ ਕੈਪਟਨ ਸਾਹਿਬ ਦੀ ਵੱਡੇ ਦਿਲ ਦੀ ਨਿਸ਼ਾਨੀ ਹੈ। ਮੇਰਾ ਖਿਆਲ ਇਸੇ ਤਰ੍ਹਾਂ ਹੀ ਕੈਪਟਨ ਸਾਹਿਬ ਜਿਹੜਾ ਰੌਲਾ ਪਿਆ ਵੀ ਸਿੱਧੂ ਦੇ ਟਵੀਟਾਂ ਦਾ ਰੌਲਾ ਵਾ, ਮੇਰਾ ਖਿਆਲ ਇਸੇ ਤਰ੍ਹਾਂ ਦੀ ਮਿਸਾਲ ਕੈਪਟਨ ਸਾਹਿਬ ਕਾਂਗਰਸ ਦੇ ਭਲੇ ਵਾਸਤੇ ਸਿੱਧੂ ਸਾਹਿਬ ਦੇ ਟਵੀਟ ਵੀ ਸ਼ਾਇਦ ਭੁੱਲ ਜਾਣਗੇ, ਭੁੱਲ ਜਾਣੇ ਚਾਹੀਦੇ ਵੀ ਆ, ਜਿਵੇਂ ਪ੍ਰਤਾਪ ਜੀ ਦੀਆਂ ਚਿੱਠੀਆਂ ਜਾਂ ਉਹਨਾਂ ਦੇ ਬਿਆਨ ਉਹਨਾਂ ਨੇ ਕਾਂਗਰਸ ਦੇ ਭਲੇ ਵਾਸਤੇ ਭੁੱਲੀਆਂ ਨੇ, ਉਹ ਵੀ ਉਹਨਾਂ ਨੂੰ ਸਿੱਧੂ ਸਾਹਿਬ ਦੇ ਟਵੀਟ ਸੀ ਮੇਰਾ ਖਿਆਲ ਭੁੱਲ ਜਾਣਗੇ। ਬਾਜਵਾ ਸਾਹਿਬ ਨੂੰ ਵੀ ਅੱਜ ਇੱਕ ਟਵੀਟ ਕੀਤਾ ਜੀ, ਅਤੇ ਮੈਂਬਰ ਪਾਰਲੀਮੈਂਟ ਇਕੱਠੇ ਹੋ ਰਹੇ ਹਨ ਨਵਜੋਤ ਸਿੱਧੂ ਦੇ ਖਿਲਾਫ਼ ਅਤੇ ਉਹਨਾਂ ਨੂੰ ਪ੍ਰਧਾਨਗੀ ਨਹੀਂ ਦੇਣੀ ਚਾਹੀਦੀ। ਮੈਂ ਵੀ ਉਹ ਟਵੀਟ ਦੇਖਿਆ ਵਾ ਵੀ ਪ੍ਰਤਾਪ ਦੇ ਘਰ ਐਮ ਪੀ ਇਕੱਠੇ ਹੋ ਰਹੇ ਨੇ, ਉਹਨਾਂ ਦੇ ਘਰ ਜਿਹੜਾ ਮਰਜ਼ੀ ਇਕੱਠਾ ਹੋਵੇ, ਪਰ ਮੇਰਾ ਖਿਆਲ ਹੈ ਵੀ ਇਹ ਇਲੈਕਸ਼ਨ ਐਮ ਪੀਆਂ ਦੀ 24 'ਚ ਹੈ, 22 ਵਿੱਚ ਇਲੈਕਸ਼ਨ ਐਮ ਐਲ ਏਆਂ ਦੀ ਹੈ, ਅਤੇ ਐਮ ਐਲ ਏ ਨੂੰ ਪੁੱਛਣਾ ਚਾਹੀਦਾ ਵੀ ਕਿਹੜਾ ਪ੍ਰਧਾਨ ਬਣਨਾ ਚਾਹੀਦਾ, ਕਿਹੜਾ ਨਹੀਂ ਬਣਨਾ ਚਾਹੀਦਾ, ਜਾਂ ਪੰਜਾਬ 'ਚ ਸਰਵੇ ਕਰਾ ਕੇ ਦੇਖ ਲਓ ਉਹਨਾਂ ਤਿੰਨਾਂ 'ਚ ਵੱਡਿਆਂ ਲੀਡਰਾਂ ਦਾ ਵੀ ਕਿਹੜਾ ਚੰਗਾ, ਕਿਹੜਾ ਲੋਕਾਂ ਨੂੰ ਅੱਜ ਕੱਲ੍ਹ ਪਸੰਦ ਹੈ, ਲੋਕ ਕਿਹਦੇ ਮਗਰ ਲੱਗੇ ਹੋਏ ਨੇ। ਇਹ ਤਾਂ ਐਮ ਪੀਜ਼ ਨੂੰ ਹਜੇ ਆਪਣੀ ਇਲੈਕਸ਼ਨ ਵਾਲੇ ਕੋਈ ਤਰੱਦਦ ਕਰਨਾ ਚਾਹੀਦਾ, ਹਜੇ ਐਮ ਐਲ ਏ ਦੀ ਇਲੈਕਸ਼ਨ ਆ, ਹਜੇ ਐਮ ਐਲ ਏ ਦਾ ਰਾਏ ਲੈ ਕੇ ਹੀ ਫਿਰ ਕੋਈ ਪ੍ਰਧਾਨ ਬਣਾਉਣਾ ਚਾਹੀਦਾ। ਸਰ, ਸਿਆਣੇ ਕਹਿੰਦੇ ਨੇ ਕਿ ਹਵਾ ਦੇ ਰੁੱਖ ਦੇ ਹਿਸਾਬ ਨਾਲ ਚੱਲਣਾ ਚਾਹੀਦਾ, ਅਤੇ ਕਾਂਗਰਸ ਪਾਰਟੀ ਦੀ ਪੁਰਾਣੀ ਕਾਂਗਰਸ ਪਾਰਟੀ ਹੈ ਜਿਹੜੇ ਵਧੀਆ ਲੀਡਰ ਨੇ ਉੱਥੇ, ਅਤੇ ਇਹ ਕਿਉਂ ਨਹੀਂ ਸਮਝ ਪਾ ਰਹੇ ਕਿ ਇਸ ਵੇਲੇ ਜਿਹੜਾ ਹਵਾ ਦਾ ਰੁੱਖ ਆ ਉਸ ਤਰੀਕੇ ਨਾਲ ਚੱਲਣਾ ਚਾਹੀਦਾ ਪੰਜਾਬ 'ਚ? ਦੇਖੋ ਹਾਈਕਮਾਂਡ ਜਿਹੜੀ ਆ ਉਹਦੇ ਹੱਥ 'ਚ ਸਾਰਾ ਫੈਸਲਾ, ਹਾਈਕਮਾਂਡ ਬੜਾ ਸੋਚ ਵਿਚਾਰ ਕੇ ਫੈਸਲਾ ਕਰੇਗੀ, ਜੋ ਕਰੇਗੀ ਵਧੀਆ ਕਰੇਗੀ। ਨਵਜੋਤ ਸਿੱਧੂ ਵੀ ਬੇਸ਼ੱਕ ਆਪਣੀ ਸਰਕਾਰ ਦੇ ਖਿਲਾਫ਼ ਬੋਲਦੇ ਰਹੇ, ਪ੍ਰਤਾਪ ਬਾਜਵਾ ਵੀ ਬੋਲਦੇ ਰਹੇ, ਪਰ ਨਵਜੋਤ ਸਿੱਧੂ ਜਿਹੜੇ ਨੇ ਲੋਕਾਂ ਦੇ ਦਿਲਾਂ 'ਤੇ ਅੱਜ ਵੀ ਰਾਜ ਕਰਦੇ, ਪ੍ਰਤਾਪ ਬਾਜਵਾ ਹਮੇਸ਼ਾ ਹੀ ਆਪਣੀ ਸਿਆਸਤ ਲਈ ਬੋਲਦੇ ਰਹੇ। ਦੇਖੋ ਨਵਜੋਤ ਸਿੱਧੂ ਵੀ ਥੋੜ੍ਹਾ ਜ਼ਿਆਦਾ ਬੋਲਦੇ ਰਹੇ ਨੇ, ਪਰ ਹੁਣ ਜਿਹੜਾ ਵਾ ਕਾਂਗਰਸ ਦੇ ਪੁਆਇੰਟ ਆਫ ਵਿਊ ਨਾਲ ਸਾਰਾ ਦੇਖ ਕੇ ਹਾਈਕਮਾਂਡ ਫੈਸਲਾ ਕਰੇਗੀ ਵੀ ਕਾਂਗਰਸ ਦਾ ਬੜਾ ਕਿਸ ਗੱਲ 'ਚ। ਐਮ ਪੀ ਐਮ ਮੀਟਿੰਗ ਦਾ ਕੋਈ ਅਸਰ ਹੋਏਗਾ ਸੈਂਟਰ 'ਤੇ? ਹੋਣਾ ਨਹੀਂ ਚਾਹੀਦਾ, ਕਿਉਂਕਿ ਇਲੈਕਸ਼ਨ ਐਮ ਐਲ ਏ ਦੀ ਹੈ, ਐਮ ਐਲ ਏ ਨੂੰ ਪੁੱਛਣਾ ਚਾਹੀਦਾ ਜੇ ਕੋਈ ਰਾਏ ਲੈਣੀ ਹੈ, ਤਾਂ ਐਮ ਐਲ ਏ ਨੂੰ ਪੁੱਛਣਾ ਚਾਹੀਦਾ, 22 ਦੀ ਇਲੈਕਸ਼ਨ ਐਮ ਐਲ ਏ ਦੀ ਹੈ, ਨਾ ਕਿ ਐਮ ਪੀ ਆ ਦੀ। ਇੱਕ ਵਾਰੀ ਫਿਰ ਉਹ ਸਭ ਨੂੰ ਦਰਜ ਚਿੱਠੀਆਂ ਜਿਸ ਤਰੀਕੇ ਨਾਲ ਆਪਣੇ ਮੁਫਾਦ ਦੇ ਲਿਖੀਆਂ ਗਈਆਂ ਨੇ, ਇਹ ਮੀਟਿੰਗ ਵੀ ਆਪਣੇ ਫਾਇਦੇ ਲਈ ਕੀਤੀ ਜਾਵੇਗੀ? ਬਿਲਕੁਲ, ਚਿੱਠੀਆਂ ਵੀ ਜਿਹੜੀਆਂ ਸੀ, ਕਿਉਂਕਿ ਉਹ ਆਪ ਵੀ ਭਾਈ ਸਾਹਿਬ ਸਾਡੇ ਜਿਹੜੇ ਨੇ ਕੈਂਡੀਡੇਟ ਨੇ, ਹਰ ਚੀਜ਼ ਦੇ ਕੈਂਡੀਡੇਟ ਨੇ, ਅਤੇ ਬਾਕੀ ਦੀ ਕਿਸਮਤ ਹਰ ਇੱਕ ਦੀ ਪਤਾ ਨਹੀਂ, ਕਿਸਮਤ ਪਰਚੇ ਕਦੋਂ ਖੁੱਲ੍ਹ ਜਾਣੇ ਨੇ, ਪਰ ਮਾਨਾ ਖੋਲ੍ਹੇ ਵੀ ਸਾਨੂੰ ਕੋਈ ਇਤਰਾਜ਼ ਨਹੀਂ,
पर सारा फैसला हाईकोर्ट करेगी। चिट्ठियां भी वो अपने भले वास्ते लिख रहे सन, बाकी जो हाईकोर्ट करेगी ठीक। कदों तक फैसला देगा? फैसला तो जिनी छेती हो जाए उन्ना ही चंगा, फैसला जिन्ना लेट होगा उन्ना पंजाब की कांग्रेस के नुकसान होगा।